ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਜੈ ਸ਼ੰਕਰ, ਜੈ ਨਾਗ ਦੇਵਤਾ। ਪ੍ਰਭੂ ਜੀ, ਅੱਜ ਮੈਂ ਤੁਹਾਨੂੰ ਇੱਕ ਬਹੁਤ ਡਰਾਉਣੇ ਸੱਪ ਦੇ ਦਰਸ਼ਨ ਕਰਵਾ ਰਿਹਾ, ਪਰ ਉਹਦੇ ਵਿੱਚ ਜ਼ਹਿਰ ਇੰਨੀ ਕੋਈ ਖਾਸ ਹੈਵੀ ਕੁਆਲਿਟੀ ਦਾ ਜ਼ਹਿਰ ਨਹੀਂ ਹੈਗਾ। ਰੋਇਲ ਸਨੇਕ, ਬਲੈਕ ਹੈੱਡ ਕੈਟ ਰੋਇਲ ਸਨੇਕ ਵੀ ਇਹਨੂੰ ਕਹਿ ਦਿੰਦੇ ਆ, ਜਾਂ ਯੂਟਿਊਬ ਦੇ ਉੱਤੇ ਨਿਰਾ ਹੀ ਰੋਇਲ ਸਨੇਕ ਭਰੋਗੇ, ਇਹ ਸੱਪ ਦੀਆਂ ਵੀਡੀਓ ਆ ਜਾਣਗੀਆਂ। ਇਹ ਸੱਪ ਦੀ ਕੋਈ ਖਾਸ ਕੁਆਲਿਟੀ ਦਾ ਜ਼ਹਿਰ ਨਹੀਂ ਆ, ਪਰ ਜਦੋਂ ਵੀ ਕਿਸੇ ਨੂੰ ਸੱਪ ਬਾਈਟ ਕਰਦਾ, ਸਿਰਫ ਉਹ ਸਿਰਫ ਇੱਕ ਡਾਕਟਰ ਕੋਲ ਹੀ ਜਾਣਾ। ਹੁਣ ਅਸੀਂ ਤੁਹਾਨੂੰ ਇਹ ਸੱਪ ਦੇ ਦਰਸ਼ਨ ਕਰਵਾ ਰਹੇ ਹਾਂ। ਇਹ ਦੇਖੋ, ਇਹ ਡੱਬੇ ਦੇ ਵਿੱਚ ਸੱਪ ਆ, ਦਿਖਾਉਣਾ ਤੁਹਾਨੂੰ। ਇਹ ਦੇਖੋ, ਇਹ ਦੇਖੋ ਪਿੰਕ ਕਲਰ ਦਾ ਸੱਪ ਹੈ। ਦੇਖੋ, ਇਹ ਸੱਪ ਦਾ ਰੰਗ ਪਿੰਕ ਕਲਰ ਦਾ ਹੁੰਦਾ। ਇਹ ਸੱਪ ਨੂੰ ਜੋਗੀ ਰੋਣਾ ਜੌਂਸਰਾ ਕਹਿ ਦਿੰਦੇ ਆ। ਦਿਖਾਉਂਦੇ ਹਾਂ ਸੱਪ ਪਿੰਕ ਕਲਰ ਦਾ। ਦੇਖੋ, ਇਹ ਸੱਪ ਸਾਡੇ ਪੱਟੀ ਭਾਟੀਆ ਸਾਹਿਬ ਕਾਰਾਂ ਦੀ ਏਜੰਸੀ ਬਾਹਮਣੀ ਵਾਲੇ ਚੁੱਗੀ ਲਾ ਕੇ, ਇਹ ਉੱਥੋਂ ਮੈਂ ਇਹ ਸਨੇਕ ਫੜਿਆ ਸੀ ਅਤੇ ਹੁਣ ਇਹ ਸਨੇਕ ਛੱਡ ਰਿਹਾ ਵਾਂ। ਜਿੱਦਾਂ ਕਿ ਤੁਸੀਂ ਵੀਡੀਓ ਦੇ ਵਿੱਚ ਮੇਰੇ ਨਾਲ ਬਣੀ ਹੋਈ ਜੀ, ਹੁਣ ਮੈਂ ਤੁਹਾਨੂੰ ਇਹ ਸੱਪ ਦਿਖਾ ਰਿਹਾ। ਦੇਖੋ, ਪਿੰਕ ਰੰਗ ਦਾ। ਬੋਤਲ 'ਚ ਮੋਹਰੀਆਂ ਵੀ ਕੱਢੀਆਂ ਵਾਂ। ਜਿਹੜਾ ਵੀ ਵੀਰ ਸੱਪ ਕੋਈ ਬੋਤਲ 'ਚ ਪਾਉਂਦਾ ਵਾ, ਮੋਹਰੀਆਂ ਜ਼ਰੂਰ ਕੱਢਿਆ ਕਰੋ ਆਕਸੀਜਨ ਵਾਸਤੇ। ਅਤੇ ਹੁਣ ਹੀ ਇਹ ਸੱਪ ਬਿਲਕੁਲ ਰਿਲੀਜ਼ ਕੀਤਾ ਜਾਊਗਾ ਤੁਹਾਡੇ ਅੱਖਾਂ ਦੇ ਸਾਹਮਣੇ। ਅਸੀਂ ਕਿਸੇ ਜਾਨਵਰ ਨੂੰ ਤੰਗ ਨਹੀਂ ਕਰਦੇ। ਥੋੜ੍ਹੀ ਦੂਰ ਹੁੰਦੇ ਹਾਂ। ਜਿੱਦਾਂ ਕਿ ਇਹ ਸੱਪ ਨੂੰ ਰੋਇਲ ਸਨੇਕ ਕਹਿੰਦੇ ਆ, ਇਹ ਸੱਪ ਛੱਡਦਿਆਂ ਦੀ ਅਸੀਂ ਵੀਡੀਓ ਨਾਲ ਪਾਈ ਆ। ਅਤੇ ਇਹ ਦੇਖੋ, ਰੋਜ਼ ਇਹ ਚੀਜ਼ਾਂ ਨੂੰ ਫੜੀਦਾ ਵਾ, ਕੰਮ ਠੀਕ ਹੈ, ਔਖਾ ਵੀ ਆ ਅਤੇ ਸੌਖਾ ਵੀ ਆ, ਪਰ ਇਹ ਵੀ ਰੋਜ਼ ਇਹ ਚੀਜ਼ਾਂ ਨੂੰ ਫੜੀਦਾ ਵਾ, ਇਹ ਚੀਜ਼ਾਂ ਨੂੰ ਸੇਵ ਕਰੀਦਾ ਵਾ। ਹਰ ਇੱਕ ਜਾਨਵਰ ਰੈਸਕਿਊ ਕਰ ਲੈਂਦੇ, ਮੈਂ ਕਾਫੀ ਜ਼ਿਆਦਾ ਜਾਨਵਰ ਫੜ ਲੈਂਦਾ ਵਾਂ, ਨੇਵਲਾ, ਗੋ, ਪਾਂਦਰ, ਕੋਈ ਬਿੱਲੀ ਖੂਜ ਡਿੱਗੀ ਆ, ਕੋਈ ਜਾਨਵਰ ਸੀਵਰੇਜ 'ਚ ਡਿੱਗਿਆ ਵਾ। ਸਿਰਫ ਕੰਮ ਇਹੋ ਆ ਕਿ ਉਸ ਚੀਜ਼ ਨੂੰ ਥੋੜ੍ਹਾ ਜਿਹਾ ਸੇਵ ਕਰਨਾ। ਥੋੜ੍ਹਾ ਜਿਹਾ ਦੁੱਖ ਲੱਗਦਾ ਵਾ ਬੇਜ਼ੁਬਾਨ ਜਾਨਵਰਾਂ ਦਾ, ਜਦੋਂ ਪਰੇਸ਼ਾਨੀ ਹੁੰਦੀ ਆ, ਉਹਨਾਂ ਨੂੰ ਥੋੜ੍ਹਾ ਜਿਹਾ ਸੇਵ ਕਰੀਦਾ ਵਾ। ਇੱਕ ਮਨ ਨੂੰ ਥੋੜ੍ਹੀ ਜਿਹੀ ਖੁਸ਼ੀ ਮਿਲਦੀ ਆ ਕਿ ਨਹੀਂ ਯਾਰ, ਬੇਜ਼ੁਬਾਨ ਜਾਨਵਰ ਦੀ ਹੈਲਪ ਕੀਤੀ ਆ, ਬਹੁਤ ਵਧੀਆ ਲੱਗਦਾ ਵਾ। ਕਈ ਇਨਸਾਨ ਇਹਨਾਂ ਨੂੰ ਡੰਡਾ ਲੈ ਕੇ ਮਾਰਨ ਦੀ ਕੋਸ਼ਿਸ਼ ਕਰਦੇ ਆ, ਕਈ ਇਨਸਾਨ ਇਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਦੇਖੋ, ਅਸੀਂ ਜਾਨਵਰਾਂ ਦੇ ਬਹੁਤ ਜ਼ਿਆਦਾ ਪਿਆਰ ਮੁਹੱਬਤ ਵਾਲੇ ਹਾਂ, ਸਾਨੂੰ ਜਾਨਵਰਾਂ ਨਾਲ ਰਹਿਣਾ, ਉੱਠਣਾ, ਬਹਿਣਾ, ਇਹਨਾਂ ਦੀ ਹੈਲਪ ਕਰਨੀ ਬਹੁਤ ਵਧੀਆ ਲੱਗਦਾ ਵਾ। ਇਹ ਸੱਪ ਫੜਿਆ ਸੀ, ਇਹ ਤੁਸੀਂ ਵੀਡੀਓ ਮੇਰੇ ਯੂਟਿਊਬ ਚੈਨਲ ਨਾਗ ਕੇਤ ਬਾਈ ਸਪੇਸ ਬਿਲਕੁਲ ਨਹੀਂ ਦੇਣੀ 'ਤੇ ਦੇਖ ਰਹੇ ਜੇ। ਦੂਸਰੀ ਗੱਲ ਇਹ ਹੈ ਕਿ